ਪੀਐਮ ਆਵਾਸ ਯੋਜਨਾ ਦੀ ਔਰਤਾਂ ਨੂੰ ਮਿਲੀ ਪਹਿਲੀ ਕਿਸ਼ਤ। ਕਿਸ਼ਤ ਮਿਲਦਿਆਂ ਹੀ 11 ਔਰਤਾਂ ਹੋਈਆਂ ਬੇਵਫਾ, ਘਰ ਪਰਿਵਾਰ ਛੱਡ ਕੇ ਪ੍ਰੇਮੀਆਂ ਨਾਲ ਹੋ ਗਈਆਂ ਫਰਾਰ। ਪੀਐਮ ਆਵਾਸ ਯੋਜਨਾ, ਇਸ ਦੇ ਬਾਰੇ ਤਾਂ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ, ਪਰ ਤੁਸੀਂ ਕਦੇ ਇਹ ਸੁਣਿਆ ਕਿ ਜਦੋਂ ਪੀਐਮ ਆਵਾਸ ਯੋਜਨਾ ਦੀ ਪਹਿਲੀ ਕਿਸ਼ਤ ਆਉਂਦੀ ਆ ਤਾਂ 11 ਔਰਤਾਂ ਬੇਵਫਾ ਹੋ ਸਕਦੀਆਂ ਨੇ? ਜੀ ਹਾਂ, ਬਿਲਕੁਲ, ਮੈਂ ਆਪਦੇ ਸ਼ਬਦ ਬਿਲਕੁਲ ਸਹੀ ਬੋਲੇ ਨੇ। ਹੁਣ ਤੁਸੀਂ ਸੋਚੋਗੇ ਕਿ ਔਰਤਾਂ ਬੇਵਫਾ ਕਿਵੇਂ ਹੋਈਆਂ, ਕਿਉਂਕਿ ਇੱਥੇ ਔਰਤਾਂ ਨੂੰ ਜਦੋਂ ਪਹਿਲੀ ਕਿਸ਼ਤ ਇਸ ਯੋਜਨਾ ਦੀ ਮਿਲਦੀ ਆ ਤਾਂ ਆਪਣੇ ਪ੍ਰੇਮੀਆਂ ਦੇ ਨਾਲ ਫਰਾਰ ਹੋ ਜਾਂਦੀਆਂ ਨੇ। ਲਓ ਜੀ, ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇੱਥੇ ਤੁਸੀਂ ਪ੍ਰੇਮੀ ਅਤੇ ਪ੍ਰੇਮਿਕਾ ਦੇ ਭੱਜਣ ਦੇ ਮਾਮਲੇ ਤਾਂ ਬਹੁਤ ਸੁਣੇ ਹੋਣਗੇ ਕਿ ਆਖਿਰ ਉਹਨਾਂ ਨੇ ਭੱਜ ਕੇ ਵਿਆਹ ਕਰਵਾ ਲਿਆ। ਇੱਥੇ ਵਿਆਹੀਆਂ ਵਰੀਆਂ ਔਰਤਾਂ ਨੂੰ ਪਿਆਰ ਦਾ ਭੂਤ ਜਿਹੜਾ ਸਵਾਰ ਹੋ ਗਿਆ ਜਦੋਂ ਕਿ ਉਹਨਾਂ ਦੀ ਪੀਐਮ ਆਵਾਸ ਯੋਜਨਾ ਦੀ ਪਹਿਲੀ ਕਿਸ਼ਤ ਉਹਨਾਂ ਨੂੰ ਮਿਲਦੀ ਆ ਤਾਂ ਆਪਣੇ ਘਰਦਿਆਂ ਨਾਲ ਹੀ ਬੇਵਫਾਈ ਕਰਕੇ ਆਪਣੇ ਪ੍ਰੇਮੀਆਂ ਦੇ ਨਾਲ ਫਰਾਰ ਹੋ ਜਾਂਦੀਆਂ ਨੇ। ਆਖਿਰ ਕਿੱਥੋਂ ਦੀਆਂ ਇਹ ਘਟਨਾਵਾਂ ਨੇ, ਕੌਣ ਕੌਣ ਔਰਤਾਂ ਸਨ ਅਤੇ ਕਿੰਨੀ ਉਹਨਾਂ ਨੂੰ ਕਿਸ਼ਤ ਮਿਲੀ ਸੀ, ਆਓ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਦੇਵਾਂਗੇ। ਯੂਪੀ ਦੇ ਮਹਾਰਾਜਗੰਜ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਇੱਕ ਦੋ ਨਹੀਂ ਸਗੋਂ 11 ਔਰਤਾਂ ਆਪਣੇ ਪ੍ਰੇਮੀਆਂ ਦੇ ਨਾਲ ਫਰਾਰ ਹੋ ਗਈਆਂ। ਇੱਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀਆਂ 11 ਲਾਪਾਤਰੀ ਔਰਤਾਂ ਨੇ ਪਹਿਲੀ ਕਿਸ਼ਤ ਲਈ ਅਤੇ ਕਥਿਤ ਤੌਰ 'ਤੇ ਆਪਣੇ ਪ੍ਰੇਮੀਆਂ ਨਾਲ ਫਰਾਰ ਹੋ ਗਈਆਂ ਅਤੇ ਇਹਨਾਂ ਔਰਤਾਂ ਦੇ ਪਤੀਆਂ ਨੇ ਇਸ ਘਟਨਾ ਦੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ। ਜਾਣੀ ਕਿ ਜਦੋਂ ਇਹਨਾਂ ਨੂੰ ਪਹਿਲੀ ਕਿਸ਼ਤ ਮਿਲਦੀ ਆ ਤਾਂ ਇਹ ਔਰਤਾਂ ਕਿਸ਼ਤ ਲੈ ਕੇ ਉੱਥੋਂ ਫਰਾਰ ਹੋ ਜਾਂਦੀਆਂ ਨੇ, ਜਿਸ ਤੋਂ ਬਾਅਦ ਹਰ ਕੋਈ ਇਹਨਾਂ ਮਾਮਲਿਆਂ ਨੂੰ ਸੁਣ ਕੇ ਹੈਰਾਨ ਹੋ ਗਿਆ। ਦਰਅਸਲ ਇਹ ਮਾਮਲਾ ਯੂਪੀ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਨਿਚਲੋਲ ਬਲਾਕ ਦਾ ਆ, ਜਿੱਥੇ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਰੀਆਂ ਔਰਤਾਂ ਵੱਖੋ ਵੱਖ ਪਿੰਡਾਂ ਦੀਆਂ ਸਨ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਮਹਿਲਾ ਦੇ ਪਤੀ ਨੇ ਪੁਲਿਸ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਅਗਲੀ ਕਿਸ਼ਤ ਰੋਕਣ ਲਈ ਕਿਹਾ। ਇਹ 11 ਔਰਤਾਂ 9 ਵੱਖ ਵੱਖ ਪਿੰਡਾਂ ਦੀਆਂ ਸਨ ਅਤੇ ਇਹਨਾਂ ਔਰਤਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਬਣਾਉਣ ਲਈ 40,000 ਰੁਪਏ ਦੀ ਪਹਿਲੀ ਕਿਸ਼ਤ ਮਿਲੀ ਸੀ। ਕਿਸ਼ਤ ਮਿਲਦਿਆਂ ਹੀ ਇਹ ਆਪਣੇ ਪਤੀ ਨੂੰ ਧੋਖਾ ਦੇ ਕੇ ਆਪਣੇ ਪ੍ਰੇਮੀਆਂ ਦੇ ਨਾਲ ਫਰਾਰ ਹੋ ਗਈਆਂ। ਪਤੀਆਂ ਦੀ ਸ਼ਿਕਾਇਤ ਤੋਂ ਬਾਅਦ ਵਿਭਾਗ ਨੇ ਦਿੱਤੇ ਗਏ ਸਰਕਾਰੀ ਪੈਸੇ ਦੀ ਵਸੂਲੀ ਕਰਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਮਹਾਰਾਜਗੰਜ ਦੇ ਨਿਚਲੋਲ ਬਲਾਕ ਖੇਤਰ ਦੇ ਕੁੱਲ 108 ਪਿੰਡਾਂ ਦੇ ਵਿੱਚ ਸਾਲ 2023-24 ਦੇ ਵਿੱਚ 2350 ਲਾਭਪਾਤਰੀਆਂ ਦੀ ਚੋਣ ਕੀਤੀ ਗਈ। ਇਹਨਾਂ ਵਿੱਚੋਂ 2000 ਤੋਂ ਵੱਧ ਲਾਭਪਾਤਰੀਆਂ ਦੇ ਘਰ ਬਣ ਚੁੱਕੇ ਨੇ। ਇਸ ਸਕੀਮ ਵਾਂਗ ਇਹਨਾਂ 11 ਔਰਤਾਂ ਨੂੰ ਰਿਹਾਇਸ਼ ਦੀ ਪਹਿਲੀ ਕਿਸ਼ਤ ਮੁਹੱਈਆ ਕਰਵਾਈ ਗਈ ਸੀ। ਹੁਣ ਭੱਜਣ ਵਾਲੀਆਂ ਔਰਤਾਂ ਦੇ ਪਤੀਆਂ ਨੂੰ ਚਿੰਤਾ ਹੈ ਕਿ ਕਿਤੇ ਪ੍ਰਸ਼ਾਸਨ ਕਿਸ਼ਤ ਦਾ ਪੈਸਾ ਵਸੂਲਣ ਲਈ ਉਹਨਾਂ ਦੇ ਨਾਮ 'ਤੇ ਨੋਟਿਸ ਨਾ ਜਾਰੀ ਕਰ ਦੇਵੇ। ਹਾਲਾਂਕਿ ਇਸ ਮਾਮਲੇ ਤੋਂ ਬਾਅਦ ਕਈ ਲਾਭਪਾਤਰੀਆਂ ਦੀ ਅਗਲੀ ਕਿਸ਼ਤ ਰੋਕ ਦਿੱਤੀ ਗਈ ਆ। ਪਰ ਇੱਥੇ ਸਭ ਤੋਂ ਵੱਡੀ ਗੱਲ ਦੇਖਣ ਨੂੰ ਕੀ ਮਿਲੀ ਆ ਕਿ ਔਰਤਾਂ ਇੱਕ ਪਾਸੇ ਫਰਾਰ ਹੁੰਦੀਆਂ ਨੇ ਅਤੇ ਡਰ ਦੂਸਰਿਆਂ ਨੂੰ ਵੀ ਹੈ ਕਿਤੇ ਉਹਨਾਂ ਦੀ ਕਿਸ਼ਤ ਨਾ ਰੁਕ ਜਾਵੇ, ਕਿਉਂਕਿ ਬਹੁਤ ਸਾਰੇ ਲੋੜਵੰਦ ਇਨਸਾਨ ਨੇ ਜਿਨ੍ਹਾਂ ਨੂੰ ਘਰ ਦੀ ਜ਼ਰੂਰਤ ਆ, ਛੱਤ ਦੀ ਜ਼ਰੂਰਤ ਆ। ਪਰ ਇੱਥੇ ਇਹਨਾਂ 11 ਔਰਤਾਂ ਦੀ ਇੱਕ ਨਿੱਕੀ ਜਿਹੀ ਗਲਤੀ ਕਰਕੇ ਬਾਕੀਆਂ ਨੂੰ ਕਈ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਤਾਂ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਹੈ ਕਿ ਪਹਿਲੀ ਕਿਸ਼ਤ ਜਦੋਂ ਆਉਂਦੀ ਆ ਤਾਂ ਔਰਤਾਂ ਪ੍ਰੇਮੀਆਂ ਦੇ ਨਾਲ ਫਰਾਰ ਹੁੰਦੀਆਂ ਨੇ, ਜਾਣੀ ਕਿ ਇਹਨਾਂ ਦਾ ਪਹਿਲਾਂ ਹੀ ਪਲਾਨ ਬਣਿਆ ਹੁੰਦਾ ਕਿ ਉਹਨਾਂ ਨੇ ਕਰਨਾ ਕੀ ਹੈ
ਤੇ ਕਦੋਂ ਉਹਨਾਂ ਨੂੰ ਪੈਸੇ ਮਿਲਣਗੇ ਤੇ ਕਦੋਂ ਉਹਨਾਂ ਨੇ ਘਰ ਤੋਂ ਫਰਾਰ ਹੋਣਾ ਆ। ਫਿਲਹਾਲ ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖਿਆ ਹੋਇਆ ਏ ਤੇ ਇੱਥੇ ਔਰਤਾਂ ਪ੍ਰੇਮੀਆਂ ਦੇ ਨਾਲ ਭੱਜਦੀਆਂ ਤਾਂ ਬਹੁਤ ਸੁਣੀਆਂ ਸੀ, ਪਰ PM ਆਵਾਸ ਯੋਜਨਾ ਦੀ ਪਹਿਲੀ ਕਿਸ਼ਤ ਮਿਲਣ ਤੋਂ ਬਾਅਦ ਆਪਣੇ ਪਰਿਵਾਰ ਦੇ ਨਾਲ ਬੇਵਫਾਈ ਕਰਨਗੀਆਂ, ਇਹ ਕਦੇ ਕਿਸੇ ਨੇ ਸੋਚਿਆ ਤੱਕ ਨਹੀਂ ਹੋਵੇਗਾ। ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਤੁਹਾਡੀ ਕੀ ਰਾਏ ਇਸ ਮਾਮਲੇ ਨੂੰ ਲੈ ਕੇ, ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ ਨਾ ਭੁੱਲਣਾ। ਬਿਊਰੋ ਰਿਪੋਰਟ, ਹਮਦਰਦ TV।